ਕੰਟੀਨਿਊ ਕਰੀ ਜਰਾ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਨੀ ਹੈ ਦੋਸਤੋ ਉਡਾਰ ਦੇਖੋ ਜਰਾ ਮਾਸ਼ਾਅੱਲਾ ਦੋਸਤ ਜ਼ਰੂਰ ਬੋਲੇ ਜਰਾ ਉਸ ਕਬੂਤਰੀ ਕੀ ਉਡਾਰ ਦੇਖੇ ਜਰਾ ਸੁਬਹ ਕੀ ਉਡਾਰ ਦੇ ਕੇ ਆ ਰਹੀ ਗੋਗੇ ਵਾਲੀ ਚੀਨੀ ਕਾ ਆਪਕੋ ਪਤਾ ਹੀ ਹੈ ਦੋਸਤੋ ਕਿਆ ਬਾਤ ਹੈ ਕਿਆ ਬਾਤ ਹੈ ਸ਼ੇਰਨੀ ਹੈ ਸ਼ੇਰਨੀ ਹੈ ਸ਼ੇਰਨੀ 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 ਓਏ ਹੋ ਹੋ ਤੇਰੀ ਘਰ ਉਹ ਫੜੋ 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 ਓਏ ਪੈਸ ਢੋਆ ਉਹ ਫੜ ਉਹ ਪੜ ਕਿੰਨੇ ਬਈਏ ਕਿੰਨੇ ਬਈਏ ਟਾਈਮ ਦਾ ਫੋਨ ਲੈਤਾ ਨਾ ਓਏ ਹੋਏ ਹੋਏ ਲੈ ਲਿਆ ਫੋਨ ਉਹ ਪੈਸੇ ਦਾ ਚੋਕੋ ਪੈਸੇ ਦੀ ਬਾਬਾ ਜੀ ਦੀ ਕਦਰ ਕਰੋ ਬਾਬਾ ਜੀ ਦੀ ਕਦਰ ਕਰੋ ਟਾਈਮ ਹੋ ਗਿਆ 4:47 ਕਿਆ ਬਾਤ ਹੈ ਨੈਨੀ ਹਾਂਜੀ 1+8 ਤੋਂ ਫੋਨ ਕਰ ਰਹੇ ਹਾਂ ਤੁਹਾਨੂੰ ਹਾਂ ਮਾਦੀ ਬਹਿ ਗਈ ਮਾਦੀ ਬਹਿ ਗਈ ਗੋਗੀ ਉਹ ਦੇਖੋ ਚੜ ਗਿਆ ਚੜ ਗਿਆ ਚੜ ਗਿਆ ਉਹ ਦੇਖੋ ਦੋਸਤੋ ਉਹ ਕਬੂਤਰ ਬੈਠਾ ਅੱਜ ਕਬੂਤਰ ਹੀ ਬੜਾ ਚੰਗਾ ਨਾਲ ਥੱਲੇ ਸੀਵ ਜੇ ਸਾਹ ਚੜ੍ਹ ਗਏ ਮੈਂ ਦੌੜ ਕੇ ਥੱਲੇ ਤੋਂ ਐ ਕਬੂਤਰ ਦੇ ਦੋਸਤਾਂ ਦੀ ਇੱਕ ਮਾਦੀ ਰਹਿ ਗਈ ਸੀ ਗੋਗੇ ਦੀ ਦਾਦਰ ਤੋਂ ਕਰਕੇ ਉਡਾਰ ਦਾ ਐ ਦੋਸਤੋ ਪਾਪਾ ਨੇ ਸੁਬਹ ਪਹਿਲੇ ਦੀ ਛੱਡੀ ਹੋਈ ਹੈ ਵਾਹ ਕੀ ਬਾਤ ਹੈ ਸ਼ਮਈ ਮਾਸ਼ਾਅੱਲਾ ਐ ਪਾਪਾ ਨੇ ਸੁਬਹ ਵਾਲੇ ਕਬੂਤਰਾਂ ਛੱਡੀ ਦੋਸਤੋ ਐ ਸੁਬਹ ਦੀ ਉਤਰ ਜੀ ਵੀ ਹੈ ਤੇ ਜਿਹੜੇ ਮਾਸ਼ਾਅੱਲਾ ਮੈਂ ਕਬੂਤਰ ਡਾਏ ਸੀ ਉਹ 4:30 ਦਾ ਕਬੂਤਰ ਪੂਰੇ ਹੋ ਗਏ ਸੀ ਸ਼ੁਕਰ ਹੈ ਅੱਲਾ ਹਾਂਜੀ ਤੇ ਐ ਕਬੂਤਰੀ ਰਹਿ ਗਈ ਸੀ ਕੱਲੀ ਇਹਦੀ ਟੈਨਸ਼ਨ ਸੀ ਮੈਂ ਕਿਹਾ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਾਂ ਜਰਾ ਦੋਸਤੋ ਕਮਾਲ ਉਤਰਦੀ ਵੀ ਜੇ ਵੱਡੇ ਘਰਾਂ ਚ ਕੀ ਬਾਤ ਹੈ ਆਏ ਹਾਏ 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 ਦੋਸਤੋ ਆ ਬੜੀ ਵੱਡੀ ਮਾਦੀ ਜੇ ਮੈਂ ਥੱਲੋਂ ਵੇਖ ਕੇ ਆਇਆ ਮੈਂ ਕਿਹਾ ਚਲੋ ਵੀਡੀਓ ਕੰਟੀਨਿਊ ਕਰੀ ਜਰਾ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਨੀ ਹੈ ਦੋਸਤੋ ਉਡਾਰ ਦੇਖੋ ਜਰਾ ਮਾਸ਼ਾਅੱਲਾ ਦੋਸਤ ਜ਼ਰੂਰ ਬੋਲੇ ਜਰਾ ਉਸ ਕਬੂਤਰੀ ਕੀ ਉਡਾਰ ਦੇਖੇ ਜਰਾ ਸੁਬਹ ਕੀ ਉਡਾਰ ਦੇ ਕੇ ਆ ਰਹੀ ਗੋਗੇ ਵਾਲੀ ਚੀਨੀ ਕਾ ਆਪਕੋ ਪਤਾ ਹੀ ਹੈ ਦੋਸਤੋ ਕਿਆ ਬਾਤ ਹੈ ਕਿਆ ਬਾਤ ਹੈ ਫੁੱਲ ਮਸਤ ਮਲੰਗ ਹੋਈ ਹੈ ਦੋਸਤੋ ਮੈਂ ਕਿਹਾ ਮੇਰੇ ਭਰਾ ਦੋਸਤਾਂ ਨੂੰ ਉਹ ਵੇੜ ਦੇ ਵਿੱਚ ਬੈਠੇ ਹੁੰਦੇ ਨੇ ਕਿਆ ਬਾਤ ਹੈ ਜੀ ਮਾਸ਼ਾਅੱਲਾ ਮਾਸ਼ਾਅੱਲਾ ਸੁਬਹਾਨ ਅੱਲਾ ਜ਼ਬਰਦਸਤ ਬੜੇ ਵੱਡੇ ਘਰਾਂ ਦੀ ਮਾਦੀ ਪੈ ਰਹੀ ਦੋਸਤੋ ਸ਼ਾਮ 6 ਦਾ ਟਾਈਮ ਹੋ ਗਿਆ ਜੇ ਔਰ ਉਹਦੀਆਂ ਪਹਿਲੀਆਂ ਪਹਿਲੀਆਂ ਡਾਰਾਂ ਨੇ ਕਬੂਤਰੀ ਦੀਆਂ ਮਾਸ਼ਾਅੱਲਾ ਆਹਾ ਬਾਤ ਹੈ ਕਿਆ ਬਾਤ ਹੈ ਨੈਨੀ ਜੀ ਨੈਨੀ ਆ ਗਏ ਨੈਨੀ ਘਰੋਂ ਐ ਦੇਖੋ ਭਾਈ ਉਹ ਚੀਲਾਂ ਦੇ ਬੈਨ ਲੱਗੀ ਉਹ ਫੜੋ 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 ਚੀਲਾਂ ਦੀ ਬੈਨ ਲੱਗੀ ਜੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਕੀ ਬਾਤ ਹੈ ਜਰਾ ਕਬੂਤਰੀ ਨੂੰ ਬਿਠਾਈ ਹੈ ਨਾ ਅੱਛਾ ਜੀ ਗੋਗੇ ਵਾਲੀ ਆਇਆ ਹਾਇਆ ਹਾਇਆ ਮਾਸ਼ਾਅੱਲਾ ਜੀ ਕੀ ਬਾਤ ਹੈ ਕੀ ਬਾਤ ਹੈ ਮਾਸ਼ਾਅੱਲਾ ਆਹ ਹਾਏ 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 ਜ਼ਿੰਦਾਬਾਦ ਹੈ ਜ਼ਿੰਦਾਬਾਦ ਸ਼ੇਰਨੀ ਹੈ ਤੂੰ ਸ਼ੇਰਨੀ ਹੈ ਸ਼ੇਰਨੀ ਹੈ ਸ਼ੇਰਨੀ ਹੈ ਅੱਲਾ ਤੂੰ ਕਮ ਨਾ ਸ਼ੇਰਨੀ ਹੈ ਤੂੰ ਹਾਏ 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 ਸ਼ੇਰਨੀ ਹੈ ਸ਼ੇਰਨੀ ਹੈ ਸ਼ੇਰਨੀ 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 ਓਏ ਹੋ ਹੋ ਤੇਰੀ ਘਰ ਉਹ ਫੜੋ 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 ਹੈ ਕੀ ਹੋਇਆ ਮਾਦੀ ਬਹਿ ਗਈ
ਮਾਦੀ ਬਹਿ ਗਈ ਗੋਗੇ ਵਾਲੀ ਗੋਗੇ ਵਾਲੀ ਮਾਦੀ ਬਹਿ ਗਈ 8256 ਹੈਗਾ ਫੋਨ ਲੋ ਦੋਸਤੋ ਮਾਦੀ ਬੜੇ ਵੱਡੇ ਕਰਾਈ ਬੈਠੀ ਆ ਫੜੀ ਦਰਾ ਫੜੀ ਦਰਾ ਫੜੀ ਦਰਾ ਦੋਸਤਾਂ ਨਾਲ ਜਮਾਈ ਫੋਨ ਪਾ ਲਈਏ ਜੇਬੇ ਚ ਫੜ ਦਰਾ ਦੋਸਤੋ ਕਬੂਤਰਾ ਦੀ ਮਾਸ਼ਾਲਾ ਦੇਖੋ ਨਾ ਛੇ ਦੇ ਕੋਲ ਬਹਿ ਰਹੀ ਹੈ ਬੜੀ ਵੱਡੀ ਮਾਦੀ ਬਾਕੀ ਮਾਸ਼ਾਲਾ ਸਾਰੇ ਕਬੂਤਰ ਪੂਰੇ ਹੋ ਗਏ ਸੀ ਸਾਡੇ ਚਾਰ ਵਜੇ ਤੱਕ ਪੂਰੇ ਹੋ ਗਏ ਸੀ ਮੈਂ ਸ਼ੁਕਰ ਕੀਤਾ ਇਹ ਹੋਰ ਇੱਕ ਦੋ ਦਿਨ ਮਾਰ ਕੇ ਇਹਨਾਂ ਨੂੰ ਦੁਪਹਿਰ ਨੂੰ ਇਨਸ਼ਾਅੱਲਾ ਸੁਬਹ ਦੇ ਮਾਰਾਂਗਾ ਇਨਸ਼ਾਅੱਲਾ ਕਬੂਤਰ ਜਿਹੜੇ ਅੰਦਰ ਹੈਗੇ ਨੇ ਨਾ ਉਹ ਇਸ ਤੋਂ ਪਾਰ ਹੀ ਬੈਠਣਗੇ ਕਿਉਂਕਿ ਧੁੱਪ ਦੇ ਵਿੱਚ ਕਬੂਤਰ ਜਿੰਨਾ ਧੁੱਪੇ ਡਾਓਗੇ ਨਾ ਕਬੂਤਰ ਨੂੰ ਓਨਾ ਹੀ ਕਬੂਤਰ ਸਮਾਨ ਨੀ ਵੜੇਗਾ ਅਸੀਂ ਨੋਟ ਕਰ ਲੈਣਾ ਜਿੰਨਾ ਕਬੂਤਰ ਧੁੱਪੇ ਉੱਡਦਾ ਨਾ ਓਨਾ ਹੀ ਕਬੂਤਰ ਦੇ ਕੁੰਦੇ ਬਣਦੇ ਜੇ ਕੀ ਬਾਤ ਸੜਦਾ ਔਰ ਫਿਰ ਉਸ ਕਬੂਤਰ ਨੂੰ ਜਿਹੜੀ 12 ਤੋਂ 11 ਤੋਂ ਲੈ ਕੇ 2 ਵਾਲੀ ਗਰਮੀ ਹੁੰਦੀ ਹੈ ਨਾ ਉਹ ਕਬੂਤਰ ਨੂੰ ਕੁਛ ਨੀ ਕਹਿੰਦੀ ਉਹਦੇ ਪਹਿਲੀ ਉੱਡਰ ਹੁੰਦੇ ਨੇ ਗਰਮੀ ਦੇ ਵਿੱਚ ਉੱਡ ਉੱਡ ਕੇ ਪੱਕ ਜਾਂਦੇ ਨੇ ਬਾਕੀ ਦੋਸਤੋ ਜਿੰਨਾ ਹੋ ਸਕੇ ਕਬੂਤਰ ਨੂੰ ਧੁੱਪੇ ਡਾਈ ਜੋ ਤੁਹਾਡਾ ਕਬੂਤਰ ਦੀ ਮਿਹਰਬਾਨੀ ਨਾਲ ਬਾਹਰ ਨੀ ਡਿੱਗੇਗਾ ਰਾਤ ਰਹੇਗਾ ਰਾਤ ਰਹਿਣ ਦੇ ਚਾਂਸ ਹੋਣਗੇ ਰਾਤ ਰਹਿ ਘਰ ਆਏਗਾ ਬਾਕੀ ਦੋਸਤੋ ਮੈਂ ਕਿਹਾ ਚਲੋ ਦੋਸਤਾਂ ਨੇ ਵੀਡੀਓ ਸ਼ੇਅਰ ਕਰਾਂ ਜਾ ਕੇ ਕਬੂਤਰੀ ਨੂੰ ਕੀ ਬਾਤ ਹੈ ਮਾਸ਼ਾਅੱਲਾ ਜੀ ਉਹ ਵੇਓ ਤੇ ਬਹਿ ਹੀ ਗਈ ਉੱਥੋਂ ਹਿਲਦੀ ਨੀ ਪਈ ਮੈਂ ਕਿਹਾ ਉਹ ਤੇ ਬਹਿ ਹੀ ਗਈ ਜੀ ਐ ਦੋਸਤੋ ਹਲਕੀ ਜੀ ਪੁਸ਼ਲ ਨਜ਼ਰ ਆ ਰਹੀ ਹੈਗੀ ਤੁਹਾਨੂੰ ਛੇੜਨੀ ਹੈ ਤੂੰ ਛੇੜਨੀ ਵਾਹ ਕੀ ਬਾਤ ਹੈ ਜਮਾ ਹੀ ਮਾਸ਼ਾਅੱਲਾ ਉਹ ਤੇ ਵਿਚਾਰੀ ਮਸਤ ਮਾਹੌਲ ਹੋਈ ਜਾਈਏ ਸਾਹ ਸੂਹ ਲੈਣ ਦੇ ਯਾਰ ਜਮਾ ਹੀ ਆ ਆਯੋ ਬਾਜੀ ਕਿਸ਼ਮ ਥੱਲੇ ਆਯੋ ਆਹੋ ਆਹੋ ਜਮਾ ਹੀ ਕੀ ਹਾਲਤ ਹੋਈ ਜਾਂਦੀ ਬਹਿ ਕੇ ਚਲੋ ਛਮਾਈ ਇੱਕ ਮਿੰਟ ਦਰਾ ਇੱਕ ਘਰ ਨਾ ਚੁੱਕ ਲਈਏ ਮੱਗ ਨੂੰ ਪਏ ਇੱਕ ਮਿੰਟ ਸਰ ਹੋਏ ਛਮਾਈ ਫੁੱਲ ਸ਼ਾਪਰ ਹਾਲਤ ਕੀ ਹੋਈ ਵਿਚਾਰੀ ਦੀ ਉਹਦਾ ਕਲਰ ਦੇਖੋ ਮਾਸ਼ਾਅੱਲਾ ਜੀ ਕੀ ਬਾਤ ਐਵੇਂ ਇਹਦਾ ਨਾਂ ਗੋਗੇ ਵਾਲੀ ਚੀਨੀ ਪਾਇਆ ਸੀ ਕੀ ਬਾਤ ਹੈ ਦੋਸਤੋ ਕੁੰਦਾ ਦੇਖੋ ਸਕੂਤਰੀ ਦਾ ਕੁੰਦਾ ਦੇਖੋ ਮਾਸ਼ਾਅੱਲਾ ਕਿੱਡਾ ਉਹਦਾ ਕੁੰਦਾ ਹੈ ਪਾਪਾ ਨੇ ਸੁਬਹ ਤਕਰੀਬਨ ਮੇਰੇ ਖਿਆਲ ਚ 8:30-8:30 ਵਜੇ ਦੀ ਛੱਡੀ ਜੇ ਬਦਲ ਕੀ ਬਾਤ ਹੈ ਮਾਸ਼ਾਅੱਲਾ ਉਚਾਰੀ ਸ਼ਾਪਰ ਹੋਈ ਜੀ ਛਮੇ ਕੀ ਬਾਤ ਹੈ ਦੋਸਤੋ ਬਹੁਤ ਆਊਟਸਟੈਂਡਿੰਗ ਮੈਂ ਕਹਿੰਦਾ ਬੜੀ ਵੱਡੀ ਪ੍ਰਵਾਸ ਮਾਰ ਗਈ ਜੇ ਇਹ ਦਿਨ ਤੇ ਮੈਨੂੰ ਲੱਗਦਾ ਹੱਥਾਂ ਤੋਂ ਵੀ ਨਹੀਂ ਲੈਣਾ ਹੁਣ ਇਹ ਦੇਖੋ ਪਹਿਲੀਆਂ ਨਵੀਆਂ ਨੇ ਵੀ ਡਾਰਾਂ ਨੇ ਦੀਆਂ ਮਾਸ਼ਾਅੱਲਾ ਕਮਾਲ ਕਰ ਗਈ ਇਹਦਾ ਬਿਠਾ ਕੇ ਸ਼ੋਅ ਕਰਾ ਦੋ ਚਲੋ ਛਮਾਈ ਥੱਲੇ ਲਈ ਬਿਠਾ ਦੋ ਬੈਕ ਹੁਣ ਸ਼ੋਅ ਕਰਾ ਦੋ ਦੋਸਤੋ ਚੈੱਕ ਕਰੋ ਜਰਾ ਦੋਸਤੋ ਮਾਸ਼ਾਅੱਲਾ ਗੋਗੇ ਲਈ ਚੀਨੀ ਨਾ ਵੀ ਨਹੀਂ ਪਾਇਆ ਮਾਸ਼ਾਅੱਲਾ ਜੀ ਮਾਸ਼ਾਅੱਲਾ ਪਾਪਾ ਕੋਲ ਲੈ ਚੱਲਦੇ ਪਾਪਾ ਨੂੰ ਪੁੱਛਣਾ ਡਿਟੇਲ ਚ ਕਦੋਂ ਉਡਾਈ ਹੈ ਕਦੋਂ ਆਈ ਹੈ ਕੀ ਕੀਤਾ ਚਲੋ ਪਾਏ ਨੇ ਕਬੂਤਰ ਮੈਂ ਸੁਬਹ 8 ਵਜੇ ਚੜਿਆ 8 ਵਜੇ ਥੋੜਾ ਦਾਣਾ ਹੈਗਾ ਸੀ ਮੈਂ ਉਹਨਾਂ ਨੂੰ ਪਲਟਾ ਕੇ ਛੱਡ ਦਿੱਤਾ ਅੱਧੇ ਘੰਟੇ ਬਾਅਦ ਮੈਂ ਪੱਲਾ ਮਾਰਦਾ ਕਬੂਤਰ ਉੱਤੇ ਡੁੱਬ ਗਏ
ਜਦੋਂ ਕਬੂਤਰ ਬੰਦ ਹੋ ਗਏ ਮੈਂ ਛੱਪਾ ਸਾਹਿਬ ਉੱਥੇ ਕਿਹਾ, ਮੈਂ ਕਿਹਾ ਛੱਪਾ ਜੀ ਹੋਣਾ ਚਾਹੀਦਾ ਦਫ਼ਤਰ। ਜਿਹੜੇ ਤੁਸੀਂ ਤਿੰਨ ਉਡਾਏ ਸੀ ਉਹਨਾਂ ਚੋਂ ਦੋ ਬੈਠੇ ਸੀ ਪੌਣੇ ਇੱਕ ਦੋ ਵੀ, ਇਹ ਇਕੱਲੀ ਰਹਿ ਗਈ ਸੀ ਮੈਨੂੰ ਪਤਾ। ਜਦੋਂ ਤੁਸੀਂ ਮੈਨੂੰ ਕਿਹਾ ਛੱਪਾ ਗੋਗੇ ਜੀ ਬੈਠੀ, ਮੈਂ ਕਿਹਾ ਡਾਈ ਹੈ, ਤੁਸੀਂ ਕਿਹਾ ਡਾਈ ਹੈ। ਉਸ ਤੋਂ ਬਾਅਦ ਫਿਰ ਮੈਂ ਟਿਕਟ ਹੀ ਲੈਣੀ ਸ਼ੁਰੂ ਕੀਤੀ। ਮਾਸ਼ਾਅੱਲਾ ਦੇਖੋ ਕੈਸੀ ਕਬੂਤਰ, ਕੈਡੀ ਸੋਹਣੀ ਬੈਠੀ ਕਬੂਤਰ। ਪਾਪਾ ਦਾ ਫੋਨ ਆ ਰਿਹਾ ਤੋਂ ਪਹਿਲਾਂ ਕਣਕ ਤੇ ਬਾਜਰਾ ਦੇ ਚਣੇ, ਚਣੇ ਵਿਚ ਮਾਈਨਰ ਨੇ, ਕਣਕ ਦੇ ਵਿਚ ਆ ਬਾਜਰਾ, ਠੀਕ ਹੈ। ਕਬੂਤਰ ਤੁਹਾਡੇ ਹੁਣੇ ਬਣੇ ਪਏ ਨੇ, ਮੈਂ ਇਸ ਚੀਜ਼ ਨੂੰ ਆਪਣਾ ਪ੍ਰੈਕਟੀਕਲ ਪਾਵਾਂ, ਬੰਦਾ ਆਪ ਕਰੇ ਪ੍ਰੈਕਟੀਕਲ ਆਪਣਾ। ਕੁੰਦਾ ਜੀ ਦੋਸਤੋ, ਕਿਆ ਬਾਤ ਹੈ, ਕਬੂਤਰੀ ਦਾ ਕੁੰਦਾ ਜੇ, ਇਹ ਕੁੰਦਾ ਦੇਖ ਲੋ ਤੇ ਇਹ ਦੁੰਮ ਦੇਖ ਲੋ ਤੇ ਇਹ ਉਹਦੇ ਕਲਰ ਦੇਖ ਲੋ, ਦੇਖ ਲੋ ਹਾਲਤ। ਚਲੋ ਜੀ, ਮੈਂ ਤੈਨੂੰ ਇਹ ਕਹਿ ਰਿਹਾ ਕਿ ਹਈਏ ਦਾਣਾ ਮੋਟਾ ਪੈ ਰਿਹਾ, ਮੋਟੇ ਦਾਣੇ ਦੇ ਨਾਲ ਕਬੂਤਰ ਇੰਨਾ ਲੰਮਾ ਨਹੀਂ ਉੱਡਦਾ। ਔਰ ਦੂਜੀ ਗੱਲ ਇੱਕ ਤੁਹਾਨੂੰ ਹੋਰ ਦੱਸਾਂ, ਇਹ ਕੁੰਦੇ ਨਹੀਂ ਬਣੇ ਇਹਨਾਂ ਦੇ, ਇਹ ਕਬੂਤਰ ਤੇਰੇ ਘਰ ਜਲਦੀ ਲਾਗੇ ਨਹੀਂ ਲੱਗਣੇ, ਇਹ ਕੁੰਦੇ ਨਹੀਂ ਬਣੇ ਤੇ ਤੱਦੀ ਬੈਠੇ ਜਾਣੇ ਨੇ। ਜਦੋਂ ਇਹਨਾਂ ਨੇ ਫਿਰਦੇ ਜਾਣਾ, ਮੈਂ ਮੰਨਦਾ ਕਿ 15 ਦਿਨ ਪਹਿਲੇ ਬਾਜਰਾ ਸ਼ੁਰੂ ਕਰਾਂਗੇ ਸਾਡਾ ਕੰਮ, ਇਨਸ਼ਾਅੱਲਾ ਉਹ ਤਾਂ ਕਬੂਤਰ ਵੀ ਅੱਗੇ ਚਲੇ ਜਾਣਗੇ ਨਾ। ਹਾਈਏ ਜਿਸ ਹਿਸਾਬ ਨਾਲ ਪੈ ਰਹੇ ਨੇ ਬੜੇ ਚੰਗੇ, ਪੰਜ ਪੰਜ ਛੇ ਛੇ ਸੱਤ ਸੱਤ ਘੰਟੇ ਫਿਰ ਕੇ ਪੈ ਰਹੇ ਨੇ, ਕਮਾਲ ਪੈ ਰਹੇ ਨੇ। ਤੁਸੀਂ ਕਹਿ ਰਹੇ ਉਹਨਾਂ ਦੇ ਕੁੰਦੇ ਨੀ ਬਣੇ, ਮੋਟਾ ਦਾਣਾ ਪੈ ਰਿਹਾ, ਚਾਰ ਚਾਰ ਪੰਜ ਪੰਜ ਘੰਟੇ ਮਾਰਦੇ ਪਏ ਨੇ। ਤੁਸੀਂ ਜਿਸ ਦਿਨ ਸੁਬਾਹ ਕਬੂਤਰ ਉੱਡ ਗਏ ਨਾ, ਤੇ ਤੁਸੀਂ ਮੇਰੇ ਨਾਲ ਬਹਿਣਾ ਜੇ ਤੇ ਇਹਨਾਂ ਨੂੰ ਸ਼ਾਮ ਤੋਂ ਪਹਿਲੇ ਬਿਠਾਣਾ ਜੀ। ਆਹੋ ਤੇ ਫਿਰ ਉਨੇ ਦੇਰ ਇਹਨਾਂ ਪਾਣੀ ਵੀ ਤੇ ਜਾਣਗੇ ਨਾ, ਫਿਰ ਪਾਣੀ ਤੋਂ ਜਾਣਗੇ ਭੂਆ ਨੂੰ ਬੜਾ ਲੋ। ਇਨਸ਼ਾਅੱਲਾ ਤੇ ਡਾਓ ਸੁਬਾਹ ਅੱਛਾ ਪੂਰੀ ਤਰ੍ਹਾਂ ਨਹੀਂ ਬਣੇ। ਅੱਛਾ ਮੇਰੀ ਗੱਲ ਸੁਣੋ, ਅੱਛਾ ਮੇਰੀ ਗੱਲ ਸੁਣੋ ਦੋਸਤੋ, ਇਹ ਕਬੂਤਰੀ ਮੈਂ 5 ਤੋਂ 6 ਵਾਰੀ ਉਡਾਈ ਸੀ ਗੋਗੇ ਦੀ ਚੀਨੀ, ਠੀਕ ਹੈ, 5 ਤੋਂ 6 ਵਾਰੀ। ਹੁਣ ਇੱਥੋਂ ਹੀ ਤੁਸੀਂ ਪ੍ਰੈਕਟੀਕਲ ਦਾ ਹਿਸਾਬ ਲਾ ਲਓ, ਤੁਸੀਂ ਇਹ ਕਬੂਤਰੀ ਨੂੰ ਠੰਡੇ ਠੰਡੇ ਟਾਈਮ ਛੱਡਿਆ, 7 ਤੋਂ 8 ਦੇ ਦਰਮਿਆਨ ਇਹ ਕਬੂਤਰੀ ਲੈਂਦੀ ਦਿੰਦੀ ਬੰਦ ਹੋ ਗਈ, ਠੀਕ ਹੈ। ਜਿਹੜੇ ਮੇਰੇ ਕਬੂਤਰ ਰੋਜ਼ 8 ਘੰਟੇ 7 ਘੰਟੇ 8 ਘੰਟੇ, ਅਗਰ ਉਹਨਾਂ ਨੂੰ ਤੁਸੀਂ ਸੁਬਾਹ ਛੱਡੋਗੇ ਤੇ ਉਹ ਕੀ ਕਰਨਗੇ? ਉਹ ਧੁੱਪੇ ਦੇ ਕਬੂਤਰ ਬੰਦ ਹੀ ਨਹੀਂ ਹੁੰਦਾ, ਧੁੱਪ ਸੂਰਜ ਦੇ ਸਿਰ ਤੇ ਹੋਵੇ ਨਾ, ਵੱਡਾ ਮੇਨ ਕਬੂਤਰ ਵੀ ਕੱਢ ਕੇ ਛੱਡੋ। ਤੂੰ ਜਿੱਤਿਆ ਤੇ ਮੈਂ ਹਾਰਿਆ, ਹੁਣ ਅਸੀਂ ਕਬੂਤਰਬਾਜ਼ੀ, ਹੁਣ ਕਬੂਤਰਬਾਜ਼ੀ ਸਾਡੀ ਏ। ਤੁਹਾਡੇ ਕੋਈ ਸਿੱਖਿਆ ਸਾਰਾ ਕੁਝ ਬਿਠਾ ਲਈਆਂ ਪਈ ਫਲਾਣਾ ਕੁੱਤ ਡਾਤਾ ਜੀ, ਇਹਨੂੰ ਹੈਂਡਵਰ ਕਰ ਲਈ, ਉਹਨਾਂ ਤੋਂ ਨਹੀਂ ਆਣ।
ਵਾਹ 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 ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਆ ਗਈ ਆ ਗਈ ਆ ਗਈ ਜੰਜ ਆ ਗਈ ਕਿਆ ਬਾਤ ਹੈ ਕਿਆ ਬਾਤ ਹੈ ਵਾਹ ਆਇਓ 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 ਸਰ ਤੁਹਾਡਾ ਇੰਤਜ਼ਾਰ ਸੀ ਖਾਓ ਦਾਣਾ ਛਾਣਾ ਖਾਓ ਬਾੜੋ ਖਾਓ 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 ਉਧਰੋਂ ਵੀ ਖੋਲੋ ਜ਼ਰਾ ਦਾਣਾ ਪਾਤਾ ਕਿਆ ਬਾਤ ਹਾਂਜੀ ਸ਼ਮਾਈ ਫੜੋ ਕਾਬੂ ਚ ਕਰ ਛੇ ਇਹਨੂੰ ਕਿਆ ਬਾਤ ਕਿਆ ਬਾਤ ਹੈ ਵਾਹ ਆ ਗਈ ਆ ਗਈ ਜੰਜ ਮਾਸ਼ਾਅੱਲਾ ਭਾਈ ਅੱਜ ਤੁਹਾਡੀ ਕੂਤਰੀ ਹੈ ਬੈਠੀ ਜੇ ਐਂਡ ਤੇ ਸਾਈਡ ਇਸ ਤੋਂ ਪਹਿਲੇ ਦੋ ਬੈਠੇ ਨਾ ਇਹਨੀ ਬਾਤ ਨਹੀਂ ਆਉਂਦੀ ਹੁੰਦੀ ਪਰ ਹੀ ਰਹੇਗੀ ਕੋਈ ਨੀ ਸੈਕੰਡ ਲਾਸਟ ਪਾਪਾ ਦੀ ਕੂਤਰੀ ਬੈਠੀ ਹੈ ਨਾ ਇਹ ਬੈਠੀ ਮਾਮੂ ਵਾਲੀ ਕੂਤਰੀ ਮਾਮੂ ਵਾਲੀ ਬੜੇ ਬੜੇ ਦੋਸਤ ਤੁਸੀਂ ਮਾਸ਼ਾਅੱਲਾ ਤੁਹਾਨੂੰ ਮੋਟੋ ਵੀ ਆਈਂਦੀ ਮਾਸ਼ਾਅੱਲਾ ਤੁਸੀਂ ਬੜੇ ਬੜੇ ਭਾਈ ਤੁਹਾਨੂੰ ਯੂਟਿਊਬ ਵੀਡੀਓ ਤੇ ਕੂਤਰ ਵਾਂਦੇ ਹੋਣਗੇ ਲੋ ਜੀ ਤੁਸੀਂ ਹੁਣ ਵੇਖੋ ਭਾਈ ਮੈਂ ਤਾਂ ਵਾਂਦਾ ਜੇ ਇਹ ਆਪਣੀ ਮਾਮੂ ਵਾਲੀ ਕੂਤਰੀ ਹੈ ਨਹੀਂ ਪਤਾ ਅੱਖ ਚ ਸੁਰਮਾ ਕਾਲਾ ਕਾਲਾ ਗੋੜੀਏ ਕਿਆ ਬਾਤ ਹੈ ਪਿਛਲੇ ਅਸੂ ਚ ਇਹਦੇ ਪਰ ਭੈੜੇ ਨਿਕਲੇ ਸਨ ਅਸੀਂ ਡਾਂਦੇ ਸੀ ਭੈੜੇ ਭੈੜੇ ਪਰਾਂ ਚ ਸ਼ਾਮ ਨੂੰ ਬਹਿੰਦੇ ਹੁੰਦੇ ਛਾਤੇ ਫਜ਼ਾਨ ਭਾਈ ਸਾਡੇ ਆਏ ਨੇ ਫਜ਼ਾਨ ਪੱਟੀ ਸਾਹਿਬ ਅਸਲਾਮ ਇਹ ਸਾਡੇ ਭਰਾ ਦਾ ਮੈਨੂੰ ਨਾਂ ਨੀ ਪਤਾ ਕੀ ਨਾਂ ਸ਼ਾਨੀ ਭਾਈ ਆਏ ਨੇ ਚੈਨਲ ਵੀ ਗਾ ਭਾਈ ਦਾ ਕੀ ਨਾਂ ਮੀਆਂ ਪਿਜਨ ਕਲੱਬ ਜਾ ਕੇ ਤੇਰਾ ਚੈਨਲ ਕੋ ਸਬਸਕ੍ਰਾਈਬ ਕਰੇ ਭਾਈ ਕੇ ਔਰ ਇਹ ਮਾਰੇ ਫਜ਼ਾਨ ਭਾਈ ਹੈ ਜੀ ਫਜ਼ਾਨ ਭਾਈ ਆਏ ਨੇ ਫਜ਼ਾਨ ਭਾਈ ਬੜੀ ਦੇਰ ਬਾਅਦ ਛਾਤੇ ਆਏ ਨੇ ਇਹ ਉਸਤਾਦ ਬਿੱਲਾ ਜੀ ਆਏ ਨੇ ਨਾਲ ਤੇ ਨਾਲ ਭੈਣ ਤਾਰਕੀ ਬੈਠੇ ਨੇ ਹੋਰ ਭੈਣ ਤਾਰਕੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤਬੀਅਤ ਸੇ ਠੀਕ ਠਾਕ ਹੈ ਅੱਜ ਬੜੇ ਦਿਨਾਂ ਬਾਅਦ ਫਜ਼ਾਨ ਭਾਈ ਦਾ ਤੇ ਭੈਣ ਤਾਰਕੀ ਦਾ ਚੱਕਰ ਲੱਗ ਗਿਆ ਫਜ਼ਾਨ ਭਾਈ ਖੈਰੀਅਤ ਹੈਗੀ ਤੁਸੀਂ ਅੱਛਾ ਖੈਰੀਅਤ ਮੈਂ ਕਿਹਾ ਫਜ਼ਾਨ ਭਾਈ ਨੂੰ ਪੁੱਛੀਏ ਤੁਸੀਂ ਫਜ਼ਾਨ ਭਾਈ ਸਾਡੇ ਕੋਲ ਕੰਮ ਆਏ ਸੀ ਅੱਛਾ ਤੁਸੀਂ ਕਿਹਾ ਫਿਰ ਛੰਮਾ ਨੂੰ ਹੀ ਮਿਲਦੇ ਜਾਈਏ ਮੈਂ ਕਿਹਾ ਯਾਰ ਭਾਈ ਬਿੱਲੇ ਨੂੰ ਛੰਮੇ ਨੂੰ ਵੀ ਮਿਲ ਲਈਏ ਇਹਨਾਂ ਦੀ ਇਹਨਾਂ ਦੀ ਚਾਹਤ ਜੀ ਸਾਡੇ ਕੋਲ ਆਏ ਬਾਕੀ ਕਬੂਤਰ ਸ਼ਬੂਤਰ ਕੱਢੇ ਨੇ ਕਬੂਤਰ ਸ਼ਬੂਤਰ ਦੋਸਤੋ ਪੂਰੇ ਹੋ ਗਏ ਨੇ ਤੇ ਬਾਕੀ ਦੋਸਤੋ ਦਾਣਾ ਦੂਣਾ ਪਾ ਨਸੀਬ ਯਾਰ ਨਿਆਣੀ ਨੂੰ ਲੱਭ ਕੇ ਲਿਆ ਕੀ ਗਾ ਕੀ ਪੇ ਰਿਹਾ ਕਿਹੜਾ ਚੀਬ ਚਿੜੀ ਮਾਰੀ ਪਈ ਸੀ ਉਹ ਡਿੱਗ ਰਿਹਾ ਬੱਚਾ ਉਹ ਬੱਚਾ ਪਰੇ ਡਿੱਗ ਰਿਹਾ ਉਹ ਦੇਖੋ ਦੋਸਤੋ ਉਹ ਦੇਖੋ ਬੱਚਾ ਬਾਹਰ ਦਾ ਹੈਗਾ ਸੀਬ ਨੂੰ ਚਿੜੀ ਮਾਰੀ ਪਈ ਅੱਜ ਸੀਬ ਫੜਦਾ ਕੁੜਦਾ ਕੋਈ ਹੈਗਾ ਨੀ ਉਹ ਜੀ ਗਿਆ ਦੋਸਤੋ ਉਹ ਦੇਖੋ ਦਾਣਾ ਦੂਣਾ ਪਾਤਾ ਹਾਂਜੀ ਬਾਬਾ ਜੀ
ਮੁਗਲਪੁਰਾ ਗੜਿਸ਼ੋ ਮੇਰੇ ਭਰਾ ਯਾਰ ਜਿੰਨਾ ਤੁਹਾਡੀਆਂ ਲੱਗਦੀਆਂ ਪੋਜ਼ਿਟਿਵ ਵੀਡੀਓ ਕੋਈ ਐਸਾ ਆਇਆ ਨਾ ਸਮਝ ਮੈਂ ਚੈਲੰਜ ਕਰ ਰਿਹਾ ਗੁਲਬਰਗ ਏਰੀਆ ਦੇ ਵਿੱਚ ਮੈਂ ਕਿਹਾ ਕੁਰਬਾਨ ਲਾਈਨ ਚ ਮੈਂ ਕਿਹਾ ਸਦਰ ਮੈਂ ਕਿਹਾ ਠੀਕ ਹੈ ਪਿਛਲੇ ਵਾਲੀ ਸਾਈਡ ਤੇ ਮੈਂ ਕਿਹਾ ਅਗਰ ਕਿਸੇ ਨਾਲ ਬਾਜ਼ੀਆਂ ਲੱਗੀਆਂ ਹਾਂਜੀ ਸਭ ਨੂੰ ਕਹੀ ਜਾਣਾ ਫਜ਼ਾਨ ਭਾਈ ਦੱਸੋ ਮੈਂ ਕਿਸ ਤਰ੍ਹਾਂ ਕਵਾਂ ਯਾਦ ਮੈਂ ਲੱਗਦਾ ਮੇਰੇ ਪੁੱਤ ਹਨੇਰੇ ਚ ਬਹਿ ਰਹੇ ਤਦ ਉਹ ਭਾਈ ਮੈਂ ਸ਼ਾਮ ਨੂੰ ਉਡਾਉਣਾ ਤੇ ਸ਼ਾਮ ਨੂੰ ਹਨੇਰੇ ਚ ਬਹਿ ਜਾਂਦੇ ਨੇ ਉਹ ਕੀ ਬਹਾਨਾ ਨਾ ਨਹੀਂ ਹਨੇਰੇ ਚ ਸ਼ਾਮ ਨੂੰ ਦੱਸੋ ਯਾਰ ਪੁੱਤਰਾ ਦੀ ਗੱਲ ਕੋਈ ਨਹੀਂ ਹੈ ਜੇ ਤੇ ਭਾਈ ਬਾਰਿਸ਼ਾ ਬੁਰਸ਼ਾ ਪੈਣੀ ਹੈ ਜਦੋਂ ਸਿਰ ਚ ਧੁੱਪ ਪੈਣੀ ਹੈ ਪਤਾ ਨਹੀਂ 12 ਵਜੇ ਮੈਂ ਕਹਿ ਰਿਹਾ 12 ਨਹੀਂ ਟਪਾਣੇ ਅਸੀਂ ਤੇ ਸਿਰਫ ਸ਼ੁਗਲ ਮੇਲੇ ਵਾਸਤੇ ਕਹਿੰਦੇ ਭਾਈ ਅਸੀਂ ਜਿੱਤਣ ਵਾਸਤੇ ਨਹੀਂ ਕਹਿੰਦੇ ਅਸੀਂ ਕਹਿੰਦੇ ਯਾਰ ਜਦੋਂ ਵੀਡੀਓ ਵਿੱਚ ਲੋਕਾਂ ਦੀ ਗੇਮ ਸ਼ੇਮ ਦਿਖਾਈਏ ਬਿਲਕੁਲ ਸਾਡਾ ਤੇ ਸਿਰਫ ਇੱਥੇ ਤੋਂ ਕੋਈ ਸ਼ੋਅ ਕਰਾਉਣ ਦਾ ਮਸਲਾ ਯਾਰ ਕੁਛ ਕੁਛ ਭਰਾ ਹੈਗੇ ਨੇ ਕਮੈਂਟ ਕਰ ਰਹੇ ਸ਼ਮਾ ਭਾਈ ਆਪਕੀ ਬਾਜ਼ੀ ਨਹੀਂ ਲੱਗੀ ਬਾਜ਼ੀ ਦੋਸਤੋ ਚਾਰ ਛੱਤੋਂ ਸਾਹਿਬ ਕਨਫਰਮ ਬਾਜ਼ੀ ਹੈ ਇੱਕ ਨੇ ਅਸਰ ਸ਼ਾਹ ਨਾਲ ਲਾਈ ਹੈ ਅਸਰ ਸ਼ਾਹ ਕਹਿੰਦਾ ਮੇਰੀ ਉਹਦੇ ਨਾਲ ਬਾਜ਼ੀ ਲੱਗੀ ਪਰਚਾ ਵੀ ਲਿਖਿਆ ਹਾਂਜੀ ਮੈਂ ਡਾਇਰੈਕਟ ਆਪ ਨਹੀਂ ਮਿਲਦਾ ਪਿਆ ਮੈਂ ਕਿਹਾ ਅਗਰ ਪਰਚਾ ਲਿਖਿਆ ਮੈਨੂੰ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਮੈਂ ਕਿਹਾ ਸਰ ਮੈਨੂੰ ਪਰਚਾ ਲਿਆ ਦੇ ਫਿਰ ਪੰਜ ਬੰਦੇ ਹੋਣਗੇ ਮਜ਼ੀਦ ਅੱਗੋਂ ਹੋਰ ਛੱਤਾਂ ਹੈਗੀਆਂ ਕੋਈ 4-5-7-8 ਛੱਤਾਂ ਹਾਂਜੀ ਅਸੀਂ ਸ਼ੋਕ ਮੈਂ ਅਗਰ ਇੰਨੀ ਤਿਆਰੀ ਕਰ ਰਿਹਾ ਨਾ ਤੇ ਮੈਂ 12-13 ਦਿਨ ਗੱਲ ਨਹੀਂ ਸਮਝ ਆਈ ਹੂੰ ਮਾਸ਼ਾਅੱਲਾ ਉਹ ਯਾਸਰ ਡੇਰੇ ਵਾਲੇ ਨੇ ਹਾਂਜੀ ਉਹਨਾਂ ਨੇ ਕੱਲ੍ਹ ਉਸ ਦਿਨ ਬਾਜ਼ੀ ਉਹਨਾਂ ਨੇ ਲਾਈ ਹੈ ਤੇ ਸਾਡੇ ਨਾਲੋਂ ਕਹਿੰਦੇ ਨੇ ਤੁਹਾਨੂੰ ਅਸੀਂ ਕਬੂਤਰ ਕੱਢ ਲਿਆ ਮਜ਼ਾ ਕੀ ਆਇਆ ਗੱਲ ਦਾ ਯਾਰ ਮੇਰੇ ਇਸ ਗੱਲ ਦੀ ਸਮਝ ਨਹੀਂ ਆਈ ਆ ਪਤਾ ਨਹੀਂ ਹੁਣ ਪਾਪਾ ਉਹਨਾਂ ਨੇ ਬਾਜ਼ੀ ਲਾਈ ਜਾ ਰਹੇ ਨੇ ਬਿਲਕੁਲ ਸਾਡੇ ਵਾਰੀ ਕਹਿੰਦੇ ਨੇ ਜੀ ਅਸੀਂ ਕਬੂਤਰ ਕੱਢ ਕੇ ਆਵਾਂਗੇ ਅਸੀਂ ਭਾਈ ਉਹ ਤੁਹਾਡੀ ਮਿਹਰਬਾਨੀ ਵੀਰ ਮੇਰਿਆ ਅਸੀਂ ਸਿਰਫ ਤੁਹਾਡਾ ਵੈਸੇ ਸ਼ੋਅ ਕਰਨ ਦੇ ਤਲਬਦਾਰ ਹੈਗੇ ਆ ਕੋਈ ਐਸੀ ਗੱਲ ਨਹੀਂ ਸਾਡਾ ਸ਼ੋਅ ਕਰੋ ਯਾਰ ਦੋਸਤੋ ਪਿਆਰ ਮੁਹੱਬਤ ਵਾਲਾ ਸ਼ੋਅ ਅਸੀਂ ਕਰਨਾ ਅਸੀਂ ਗਏ ਸ਼ੋਅ ਕਰਾਉਣ ਵਾਲੇ ਬੰਦੇ ਦੇ ਨਾਲ ਕਰਨ ਵਾਲੇ ਮੈਨੂੰ ਕੱਲ ਮੋਨਾ ਆਇਆ ਮੋਨਾ ਕਹਿੰਦਾ ਐਸ ਛੱਤਨਾ ਵੀ ਲਾ ਦੇ ਵੱਡੀ ਛੱਤਨਾ ਉਸ ਟਾਈਮ ਮੈਂ ਕਿਹਾ ਯਾਰ ਅਸੀਂ ਵੱਡੀ ਛੱਤਨ ਹੁਣ ਕਹਿੰਦੇ ਅੱਛੇ ਨਹੀਂ ਲੱਗਦੇ ਉਹ ਵੱਡੇ ਵੱਡੇ ਉਸਤਾਦ ਨੇ ਹਾਂਜੀ ਮੈਂ ਜਾ ਕੇ ਉਹਨਾਂ ਨੂੰ ਕਹਾਂ ਜੀ ਉਸਤਾਦ ਜੀ ਤੁਹਾਡਾ ਬਾਜ਼ੀ ਉੱਡਦੀ ਹੈ ਫਲਾਨ ਹੋ ਗਏ ਦੋਸਤੋ ਇਨਸ਼ਾਅੱਲਾ ਮੇਰੇ ਖਿਆਲ ਸੇ ਕੋਈ 12-13 ਛੱਤਾਂ ਦੇ ਬਾਰੀ ਕੁਮਾਰੀ ਉੱਡ 12-13 ਛੱਤਾਂ ਹੋਣਗੀਆਂ ਮਜ਼ੇਦਾਰੀ ਕੁਛ ਹੋਰ ਉਹਨਾਂ ਦੀ ਦੁਕਾਨ ਚ ਬਹੁਤ ਮਿਠਾਸ ਹੈ ਉਹਨਾਂ ਦੀ ਚਾਹਤ ਬਹੁਤ ਵੱਡੀ ਹੈ ਭਾਜੀ ਉਹਨਾਂ ਨੇ ਅਗਲੇ ਬਾਜ਼ੀਆਂ ਲਾ ਲੈ ਸਾਡਾ ਕੋਈ ਨੀ ਬਾਜ਼ੀ ਲਾਉਂਦਾ ਪਿਆ ਤੇ ਗੱਲ ਇਹ ਕੀ ਭਾਜੀ ਨੇ ਤਨਵੀਰ ਬਾਕੀ ਬਹੁਤ ਅੱਛਾ ਬੰਦਾ ਹੈ ਮੈਂ ਕਹਿੰਦਾ ਭਾਜੀ ਮੇਰਾ ਦਿਲ ਕਰਦਾ ਮੈਂ ਉੱਥੇ ਬਹਿ ਕੇ ਆਵਾਂ ਤੇ ਅੱਜ ਸਾਹ ਜੀ ਮੈਂ ਤੁਹਾਡੇ ਲਈ ਵੀ ਆਵਾਂਗਾ ਉਹ ਸਾਡਾ ਉਹਨਾਂ ਦਾ ਯਸ ਡੇਰੇ ਵਾਲਾ ਸ਼ੋਅ ਕਰਾ ਦਿਓ ਭਾਜੀ ਅਸੀਂ ਉਹਨਾਂ ਨੇ ਵੀ ਲਾ ਲਈਏ
ਤੇ ਸਾਡਾ ਸ਼ੌਕ ਵਧੇ ਭਾਜਨ ਤੇ ਇਨਸ਼ਾਅੱਲਾ ਸ਼ਾਮ ਨੂੰ ਮੈਂ ਤੁਹਾਡੇ ਲਿਆਉਣਾ ਜੇ ਤੁਹਾਡੀ ਮਿਹਰਬਾਨੀ ਹੋ ਸੀ। ਬਾਕੀ ਜਾਨਾਂ ਹੋ ਰਹੀਆਂ ਦੋਸਤੋ, ਜਾਨਾਂ ਦੇ ਬਾਅਦ ਵੀਡੀਓ ਕੰਟੀਨਿਊ ਕਰਨੇ ਆ ਤੇ ਇੱਕ ਦੋ ਛੱਤਾਂ ਹੋ ਰਹੀਆਂ, ਅਗਰ ਉਹ ਮਜ਼ੀਦ ਨਾ ਆਈਆਂ ਲਾਹੌਰ ਦੇ ਨਾਮੀ ਗ੍ਰਾਮੀ ਉਸਤਾਦ ਨੇ, ਮੈਂ ਚੱਲ ਕੇ ਜਾਵਾਂਗਾ, ਮੈਂ ਬਾਜ਼ੀ ਲਾਵਾਂਗਾ। ਅੱਲਾ ਦੀ ਮਿਹਰਬਾਨੀ ਨਾਲ ਉਹਨਾਂ ਨੇ ਬਾਜ਼ੀ ਮਾਮਲਾ ਨੂੰ ਤੜਪਦੀ, ਲੇਕਿਨ ਤੁਹਾਡਾ ਭਰਾ ਬਾਜ਼ੀ ਜਾ ਕੇ ਲਾ ਕੇ ਇਨਸ਼ਾਅੱਲਾ ਵੀਡੀਓ ਜਾਨਾਂ ਦੇ ਬਾਅਦ। ਅੱਜ ਫਿਰ ਸੁਨੈਣ ਉਹੀ ਜਗ੍ਹਾ ਤੇ ਗਿਆ, ਅੱਜ ਇਹ ਕਬੂਤਰ ਬੈਠਾ, ਅੱਜ ਸਾਰਾ ਦਿਨ ਦਾ ਰੋਲਿਆ ਤੇ ਉਹ ਦੇਖੋ ਸੁਨੈਣ ਚੜਨ ਦਿਆ, ਤੇ ਉਹ ਦੇਖੋ ਚੜਨਾ ਪੁੱਤੇ, ਕੈਮਰਾ ਕਲੀਅਰ ਕਰੇਗਾ ਤੇ ਫਿਰ ਹੀ ਉਹ ਦੇਖੋ ਦੇਖੋ ਕੰਮ ਦੇਖੋ ਆਪਾਂ ਪਾਪਾ ਕਰਦਾ ਕੀ ਪਿਆ ਹੈ, ਉਹ ਦੇਖੋ ਚੜ ਗਿਆ ਚੜ ਗਿਆ ਚੜ ਗਿਆ, ਉਹ ਦੇਖੋ ਦੋਸਤੋ ਉਹ ਕਬੂਤਰ ਬੈਠਾ, ਅੱਜ ਕਬੂਤਰ ਹੀ ਬੜਾ ਚੰਗਾ ਨਾਲ ਥੱਲੇ ਸੀਵ ਜੇ, ਆਹੋ ਉਹ ਦੇਖੋ ਨਾ ਉਹ ਤਾਂ ਚੜ ਗਿਆ ਚੜ ਗਿਆ ਨੈਨੀ ਚੜ ਗਿਆ ਚੜ ਗਿਆ ਚੜ ਗਿਆ ਨੈਨੀ, ਉਹ ਨੈਨੀ ਚੜ ਗਿਆ ਓਏ ਉਹ ਚੜ ਗਿਆ ਹੈ, ਆਹੋ ਉਹ ਦੇਖੋ ਉਹ ਚੜ ਗਿਆ ਦੋਸਤੋ, ਇਹਦੇ ਮੂੰਹ ਦੇਖੋ ਤੇ ਛਿੱਕੂ ਮਾਰੀ, ਹਾਂ ਉਹ ਤਾਂ ਨਾ ਛੱਡੀ ਦੌੜ ਜਾਏਗਾ ਜੀ, ਆਹੋ ਦੋਸਤੋ ਇਹ ਦੇਖੋ ਫਿਰ ਗਿਆ ਜੀ ਨੈਨੀ, ਅੱਜ ਜੱਜ ਨਾ ਫੜਿਆਗਾ ਤੇ ਨੈਨੀ ਨੂੰ ਪਾ ਲੰਮੇ ਲੈਣਾ, ਆਹੋ ਮੂੰਹ ਦੇਖੋ ਨੀ ਫੜੀ ਮੂੰਹ ਦੇਖੋ ਹੈ, ਲਓ ਦੋਸਤੋ ਹੈ ਦੇਖੋ ਸੁਨੈਣ ਸਾਹਿਬ ਹਰੀ ਮਿੰਨਾ ਕਰੀ ਲਾ ਲਾਂਗੇ ਜੀ, ਫੜ ਲਈ ਨੈਨੀ ਅੱਜ ਤੇਰੀ ਮਿਹਰਬਾਨੀ ਨੈਨੀ, ਨੈਨੀ ਜ਼ਬਰਦਸਤੀ ਨਾ ਕਰੀ ਨੈਨੀ, ਉਹ ਫੜ ਲਈ ਉਹ ਫੜ ਲਈ ਫੜ ਲਈ ਫੜ ਲਈ ਫੜ ਲਈ ਹੈ, ਅੱਛਾ ਜੀ ਫੜ ਲਿਆ ਜੀ ਫੜ ਲਿਆ ਨੈਨੀ ਨੇ ਅੱਜ ਕਬੂਤਰ ਫੜ ਲਿਆ ਜੀ ਦੋਸਤੋ, ਏ ਆਈਏ ਚੁੱਪ ਕਰਕੇ ਥੱਲੇ ਬਾਅਦ ਚ ਫਿਰ ਪੰਜ ਬਾਅਦ ਚ ਕਿੰਨੇ ਦਾ ਇਲਜ਼ਾਮ ਲੱਗ ਜਾਣਾ, ਬਾਅਦ ਚ ਕਿੰਨੇ ਦਾ ਇਲਜ਼ਾਮ ਲੱਗ ਜਾਣਾ ਦੱਸਣਾ ਤੇਰਾ, ਚੋਰੀ ਹੋ ਗਈ ਚਲਾ ਗਿਆ ਜੀ ਦੱਸੇ ਬਗੈਰ, ਲਓ ਦੋਸਤੋ ਬਾਕੀ ਆਪਾਂ ਵੀਡੀਓ ਨੂੰ ਆਉਂਦਾ ਫਿਰ ਲਾਈਕ ਖਤਮ ਕਰਨੇ ਕਬੂਤਰ ਖਾ ਕੇ ਆਉਂਦਾ ਫਿਰ ਦੋਸਤੋ ਕਬੂਤਰ ਆਪਣੇ ਵਿੱਚ ਲਾਹ ਲੱਗਾ ਨੈਨੀ ਦਾ ਆ ਰਿਹਾ ਫੜ ਗਿਆ ਫੜ ਲਿਆ ਯਾਰ ਨੈਨੀ, ਸਭ ਤੋਂ ਪਹਿਲੇ ਮੈਂ ਤੈਨੂੰ ਮਨਾ ਕੀਤਾ ਸੀ ਗੱਲ ਤੋਂ ਤੂੰ ਕਿਉਂ ਗਿਆ, ਸਮਝ ਨਹੀਂ ਰਿਹਾ ਜਾਂਦਾ ਯਾਰ, ਨਾ ਕਰਿਆ ਕਰੋ ਬਸ ਕਬੂਤਰ, ਤੈਨੂੰ ਪਾਪਾ ਕਰਾਂਦਾ ਤੇਰਾ, ਤੈਨੂੰ ਪਾਪਾ ਕਰਾਂਦਾ ਕੁਛ ਨਹੀਂ ਹੁੰਦਾ ਯਾਰ, ਸਮਝ ਪਾਪਾ ਉਹਨੇ ਲੱਗੇ ਤੇ ਚੋਰੀ ਦਾ ਇਲਜ਼ਾਮ ਲਾਤਾ ਸੀ ਫਿਰ ਉਹੀ ਗੱਲ ਕਰਨੀ, ਕੀਤੀ ਨਹੀਂ ਸਾਡਾ ਕੀ ਸਮਝ ਕੀ ਫਾਇਦਾ, ਕੁਛ ਨਹੀਂ ਹੁੰਦਾ ਕਬੂਤਰ ਤੇ ਚੈੱਕ ਕਰੋ, ਕਬੂਤਰ ਕੀ ਚੈੱਕ ਕਰਨਾ, ਕਬੂਤਰ ਤਾਂ ਸਵੇਰ ਦਾ ਰੋਲਦਾ ਪਿਆ ਬੱਚਾ, ਬੱਚਾ ਹੈਗਾ ਜਦੋਂ ਮੈਂ ਦਫ਼ਤਰ ਚੱਲਿਆ ਸੀ ਨਾ ਉਦੋਂ ਆਇਆ ਸੀ ਤੇ ਪਾਪਾ ਕਹਿੰਦਾ ਭਾਏ ਨੇ ਬੱਚਾ ਸਵੇਰ ਦਾ ਆਇਆ, ਹਾਂਜੀ ਲੇਕਿਨ ਬਹਿੰਦਾ ਨਹੀਂ, ਥੋਲੇ 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 ਕਦੀ ਉੱਚਾ ਲੱਗ ਜਾਏ ਕਦੀ ਨੀਵਾਂ ਆਏ ਤੇ ਕਬੂਤਰ ਵੇਖ ਕੈਸਾ ਯਾਰ, ਬੱਚਾ ਚੰਗਾ ਜੇ ਪੱਠੀ ਹੈਗੀ, ਬੱਚਾ ਚੰਗਾ ਹੈ ਦੋਸਤੋ, ਚੰਗਾ ਫੜ ਕੇ ਲਿਆ ਜੇ, ਬਾਹਰ ਵੇਖੋ ਤੁਹਾਡੀ ਮਿਹਰਬਾਨੀ ਬਾਬਾ, ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਦਾ ਕਹਿ ਦੋ, ਭੱਟੀ ਸਾਹਿਬ ਬੈਠੇ ਨੇ ਉੱਤੇ ਕਬੂਤਰਬਾਜ਼ੀ ਕਰਨ, ਭਾਵੇਂ ਤਾਰਕੀ ਵੀ ਬੈਠੇ ਨੇ, ਬਾਕੀ ਸੀਮ ਨੇ ਵੀ ਕਬੂਤਰ ਫੜਿਆ, ਬਾਕੀ ਦੋਸਤੋ ਇਨਸ਼ਾਅੱਲਾ ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ, ਆਪਾਂ ਲਾਈਕ ਸ਼ੇਅਰ ਸਬਸਕ੍ਰਾਈਬ ਦਾ ਕਹਿ ਦੋ, ਭਾਜੀ ਨੇ ਕਰਨਾ ਨਾ ਭੁੱਲਾ ਤੁਹਾਡੇ ਨਾਲ, ਤੁਸੀਂ ਤੁਸੀਂ ਸਾਡੇ ਨਾਲ ਤੇ ਮਜ਼ਾ ਆਏਗਾ, ਕਮਾਲ ਦਾ ਸ਼ੁਗਲ ਦਿਖਾਵਾਂਗੇ ਤਮਾਮ, ਵੈਰੀ ਗੁੱਡ ਕਰਕੇ ਮਜ਼ਾ ਆਏਗਾ, ਆਹਾ ਹਾ।